ਪੰਜਾਬ ਸਰਕਾਰ ਦੇ ਆਪਣੇ ਕੀਤੇ ਵਾਅਦਿਆਂ ਨੂੰ ਨਾ ਪੂਰਾ ਕਰਨ ਤੇ ਜਿੱਥੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੁਣ ਰਵੀਵਾਰ ਨੂੰ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਿਨੇਸ਼ ਕੁਮਾਰ ਨੂੰ ਕਰਮਚਾਰੀਆਂ ਪ੍ਰਤੀ ਆਪਣੇ ਵਤੀਰੇ ਨੂੰ ਲੈ ਕੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਰਅਸਲ ਫਤਿਹਗੜ੍ਹ ਸਾਹਿਬ ਦੇ DEO ਦਿਨੇਸ਼ ਕੁਮਾਰ ਖਿਲਾਫ਼ ਉਸਦੇ ਘਰ ਬਾਰ ਸਰਕਾਰੀ ਅਧਿਆਪਕਾਂ ਵੱਲੋਂ ਕਾਫੀ ਵਿਰੋਧ ਕੀਤਾ ਗਿਆ ਅਤੇ ਕਾਲੀਆਂ ਝੰਡੀਆਂ ਲੈ ਨਾਅਰੇਬਾਜ਼ੀ ਵੀ ਕੀਤੀ ਹੈ, ਜਿਸ ਦੇ ਚੱਲਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਿਨੇਸ਼ ਕੁਮਾਰ ਦੇ ਘਰ ਬਾਰ ਭਾਰੀ ਗਿਣਤੀ 'ਚ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ। ਭਾਸ਼ਣ ਦੌਰਾਨ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਦਿਨੇਸ਼ ਕੁਮਾਰ ਦਾ ਸੁਭਾਅ ਅਧਿਆਪਕਾਂ ਪ੍ਰਤੀ ਬਿਲਕੁਲ ਸਹੀ ਨਹੀਂ ਹੈ ਅਤੇ ਜਿੱਥੇ ਵੀ ਉਹਨਾਂ ਦੀ ਪੋਸਟਿੰਗ ਹੋਈ ਹੈ ਉੱਥੇ ਇਹਨਾਂ ਨੇ ਆਪਣੇ ਜੂਨੀਅਰ ਸਟਾਫ 'ਤੇ ਹਮੇਸ਼ਾ ਦਬਾਅ ਪਾਇਆ ਹੈ ਅਤੇ ਹੁਣ ਸਾਡੀ ਮੰਗਾਂ ਨੂੰ ਦਬਾਉਣ ਲਈ ਦਿਨੇਸ਼ ਕੁਮਾਰ ਵੱਲੋਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਤਾ ਇਹ ਹੈਗਾ ਜੀ ਕਿ ਪੰਜਾਬ ਦੀ ਸਰਕਾਰ ਨੇ ਜਦੋਂ ਸਰਕਾਰ ਬਣੀ ਆ ਕਾਂਗਰਸ ਪਾਰਟੀ ਦੀ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ, ਅਧਿਆਪਕਾਂ ਦੇ ਨਾਲ ਵੀ ਇਹ ਵਾਅਦੇ ਕੀਤੇ ਕਿ ਅਸੀਂ ਤੁਹਾਨੂੰ ਪੱਕਿਆਂ ਕਰਨਾ ਹੈ, ਅਸੀਂ ਤੁਹਾਡੇ ਪੰਜਾਬ ਦੇ ਪਾੜੇ ਖਤਮ ਕਰਨੇ ਆ, ਅਸੀਂ ਕੋਈ ਅਧਿਆਪਕ ਕੱਚਾ ਨਹੀਂ ਰਹਿਣ ਦੇਣਾ। ਪਿਛਲੇ ਸਮੇਂ ਪੰਜਾਬ ਦੇ ਅਧਿਆਪਕਾਂ ਨੇ ਲੜਾਈ ਲੜੀ, ਪੰਜਾਬ ਦੇ ਅਧਿਆਪਕਾਂ ਦੀ ਤਨਖਾਹ ਕੱਟੀ ਗਈ ਔਰ ਪੰਜਾਬ ਦੇ ਵਿੱਚ ਹੁਣ ਵੀ ਬਹੁਤ ਸਾਰੇ ਕੱਚੇ ਅਧਿਆਪਕ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਾਉਣ ਵਾਸਤੇ ਲੜ ਰਹੇ ਆ ਔਰ ਪੰਜਾਬ ਦੇ ਅਧਿਆਪਕ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਉਸ ਵਾਅਦੇ ਨੂੰ ਉੱਥੇ ਬ੍ਰੇਕ ਮਿਲ ਦੇਣਾ ਹੈ। DA ਦੀਆਂ ਕਿਸ਼ਤਾਂ ਟੱਪੀ ਰੱਖੀ ਆ, ਤਨਖਾਹ ਰੋਕੀ ਰੱਖੀ ਆ, ਅਸੀਂ ਸਾਰੇ ਲੋਕ ਸਾਂਝਾ ਅਧਿਆਪਕ ਮੋਰਚਾ ਬਣਾ ਕੇ ਅਧਿਆਪਕ ਸੰਘਰਸ਼ ਕਮੇਟੀ ਬਣਾ ਕੇ ਪੰਜਾਬ ਦੀ ਸਰਕਾਰ ਨੂੰ ਜਗਾਉਣ ਲਈ ਕਿ ਤੁਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਹੋਏ ਆ ਉਹਨਾਂ ਨੂੰ ਪੂਰੇ ਕਰੋ। ਪਰੰਤੂ ਸਰਕਾਰ ਦੇ ਰਾਹ 'ਚ ਹੋ ਕੀ ਰਿਹਾ ਹੈ, ਉਹ ਇਹ ਹੋ ਰਿਹਾ ਹੈ ਕਿ ਜਿਹੜੇ ਅਧਿਆਪਕਾਂ ਦੇ ਆਗੂ ਇਸ ਮੂਵਮੈਂਟ ਦੇ ਵਿੱਚ ਹਿੱਸਾ ਲੈ ਕੇ ਅੱਗੇ ਪੰਜਾਬ ਦੇ ਅਧਿਆਪਕਾਂ ਨੂੰ ਲਾਮਬੰਦ ਕਰਕੇ ਸਰਕਾਰ ਦੀਆਂ ਲੋਕ ਵਿਰੋਧੀ ਅਧਿਆਪਕ ਵਿਰੋਧੀ ਨੀਤੀਆਂ ਦੇ ਵਿਰੁੱਧ ਖੜਾ ਕਰ ਰਹੇ ਹਾਂ, ਉਹਨਾਂ ਲੋਕਾਂ ਨੂੰ ਦਬਾਉਣ ਵਾਸਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਰਕਾਰ ਦੀ ਸਾਜਿਸ਼ ਆ, ਉਹਦੇ ਤਹਿਤ ਇਸ ਜਗ੍ਹਾ ਤੋਂ DO ਦਿਨੇਸ਼ ਕੁਮਾਰ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਮੇਰੇ ਸਕੂਲ ਦੇ ਵਿੱਚੋਂ ਮੇਰਾ ਰਿਕਾਰਡ ਲੈ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਥੋਂ ਤੱਕ ਕਿ ਇੱਕ ਢਾਬੇ 'ਤੇ ਜਾ ਕੇ ਮੇਰੇ ਸਕੂਲੋਂ 40 ਮਿੰਟ ਉਹ ਆਪਣੀ ਡਿਊਟੀ ਦੇ ਹੋਣ ਦੇ ਬਾਵਜੂਦ ਦੋ ਅਧਿਆਪਕਾਂ ਨੂੰ ਜਿਹੜੇ ਮੇਰੇ ਕੋਲ ਜੂਨੀਅਰ ਅਧਿਆਪਕ ਆ ਜਿਹਨਾਂ ਦੀ ਇਹ ਨਹੀਂ ਪਤਾ ਕਿ ਉਹ ਕਿਹੜੀ ਡਿਊਟੀ 'ਤੇ ਕਿਹੜੇ ਪੈਮਾਨੇ ਤਹਿਤ ਨਿਯੁਕਤ ਕੀਤੇ ਹੋਏ ਆ, ਉਹਨਾਂ ਅਧਿਆਪਕਾਂ ਨੂੰ ਨਾਲ ਲੈ ਕੇ ਪਿੰਡ ਦੀ ਪੰਚਾਇਤ ਨੂੰ ਉਕਸਾਉਣ ਦਾ ਯਤਨ ਕੀਤਾ, ਸਾਜਿਸ਼ ਕੀਤੀ, ਜਦਕਿ ਅਸੀਂ ਸਕੂਲ ਨੂੰ ਬਚਾ ਰਹੇ ਹਾਂ। ਕੁਝ ਲੋਕ ਸਕੂਲ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਕੁਝ ਹੋਰ ਅਸਾਨੀ ਕਰਨੀ ਚਾਹੁੰਦੇ ਆ, ਇਸ ਕਰਕੇ DO ਦਿਨੇਸ਼ ਦੀ ਸਿਰਫ ਤੇ ਸਿਰਫ ਅਧਿਆਪਕ ਲਹਿਰ ਨੂੰ ਦਬਾਉਣ ਵਾਸਤੇ, ਸਾਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ ਕਰ ਹੈ, ਜਿਹਦੇ ਲਈ ਅੱਜ ਪੰਜਾਬ ਦੀ ਅਧਿਆਪਕ ਸੰਘਰਸ਼ ਕਮੇਟੀ ਹੈ ਜਿਹੜੀ ਇਸ ਜਗ੍ਹਾ ਦੇ ਉੱਤੇ ਮੁਜ਼ਾਹਰਾ ਕਰ ਰਹੀ ਆ। ਜਦੋਂ ਗਿਆ ਚੋਰੀਆਂ ਜਾਂਦਾ ਰਿਹਾ ਤੇ ਚੋਰੀਆਂ ਭਜਦਾ ਰਿਹਾ, ਜੇ ਸੱਚਾ ਜੇ ਠੀਕ ਹੈ ਉਹ
ਉੱਥੇ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਿਨੇਸ਼ ਕੁਮਾਰ ਨੇ ਇਸ ਰੋਸ ਪ੍ਰਦਰਸ਼ਨ ਨੂੰ ਬੇਬੁਨਿਆਦ ਦੱਸਿਆ ਅਤੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਇਹ ਵਿਦਿਆਰਥੀ ਮੋਰਚਾ ਬਿਨਾਂ ਕਿਸੇ ਗੱਲ ਤੋਂ ਬਿਨਾਂ ਬੁਨਿਆਦ ਤੋਂ ਆਪਣੇ ਆਪ ਨੂੰ ਸਕਿੱਲ ਸੇਵਕਾਂ ਨੇ ਗੱਲ ਕਰ ਰਿਹਾ, ਜਦੋਂ ਕਿ ਇਸ ਅਧਿਆਪਕ ਦਾ ਸਿਕੰਦਰ ਸਿੰਘ ETTJ ਸਰਕਾਰੀ ਪ੍ਰਾਇਮਰੀ ਸਕੂਲ ਪਨੈਚਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੋਸਟਡ ਆ, ਅਤੇ ਇਹਦਾ ਰਿਕਾਰਡ ਜਿਹੜਾ ਬਿਲਕੁਲ ਵੀ ਅਧੂਰਾ ਸੀ, ਉਹਦੀ ਅਸੀਂ ਚਾਰਜਸ਼ੀਟ ਜਾਰੀ ਕਰ ਦਿੱਤੀ ਹੈ। ਉਸ ਚਾਰਜਸ਼ੀਟ ਨੂੰ ਜਾਰੀ ਕਰਨ ਤੋਂ ਬਾਅਦ ਇਹ ਵਿਰੋਧ ਦੇ ਵਿੱਚ ਤੁਰੇ ਹੋਏ ਆ, ਜਦਕਿ ਆਪਣਾ ਜਵਾਬ ਦੇਵੇ ਉਹ ਤੋਂ ਬਾਅਦ ਜੇ ਇਹਦਾ ਰਿਕਾਰਡ ਠੀਕ ਪਾਇਆ ਜਾਊਗਾ ਤਾਂ ਕੋਈ ਇੱਦਾਂ ਦੀ ਲੋੜ ਨਹੀਂ ਆਪਾਂ, ਜੇ ਰਿਕਾਰਡ ਗਲਤ ਹੈ ਤਾਂ ਅਗਲੀ ਕਾਰਵਾਈ ਕੀਤੀ ਜਾਊ। ਲੇਕਿਨ ਇਹਨਾਂ ਦੇ ਇਹ ਵੀ ਆਰੋਪ ਹੈ ਕਿ ਕੁਛ ਸਕੂਲ ਦੇ ਡਾਕੂਮੈਂਟ ਦਸਤਾਵੇਜ਼ ਨੇ ਉਹ ਤੁਸੀਂ ਕਿ 3-4 ਆਪਣੇ ਟੀਚਰ ਦੇ ਨਾਲ ਢਾਬੇ ਜਾ ਕੇ ਤੁਸੀਂ ਕੋਈ ਸਾਜਿਸ਼ ਕੀਤਾ, ਕੋਈ ਤੁਸੀਂ ਪਲਾਨ ਕੀਤਾ ਉਹਨਾਂ ਦੇ ਖਿਲਾਫ਼? ਕੋਈ ਢਾਬੇ ਦੇ ਉੱਤੇ ਦੇਖੋ, ਮੈਂ ਆਪਣੇ ਘਰ ਤੋਂ ਬਾਹਰ ਰਹਿੰਦਾ ਜੀ, ਮੈਂ ਢਾਬੇ 'ਤੇ 3 ਵਜੇ ਜਾਂਦਾ ਸਵੇਰ ਤੋਂ ਸ਼ਾਮ ਤੱਕ, ਸਵੇਰੇ ਦੁਪਹਿਰੇ ਸ਼ਾਮ 3 ਵਜੇ ਜਾਂਦਾ ਢਾਬੇ ਦੇ ਉੱਤੇ ਚਾਹ ਪੀਣ ਆਇਆ ਜ਼ਰੂਰ, ਬਹੁਤ ਸਾਰੇ ਹੋਰ ਢਾਬਿਆਂ ਦੀ ਫੋਟੋ ਲੈ ਜਾਈ ਜਾ ਸਕਦੀ ਹੈ, ਪਰ ਉਸ ਫੋਟੋ ਦੇ ਵਿੱਚ ਜੇ ਇਹਨਾਂ ਨੂੰ ਕੋਈ ਰਿਕਾਰਡ ਦੀ ਕੋਈ ਵੀ ਕਾਪੀ ਦਿਖਦੀ ਆ ਤਾਂ ਮੇਰੇ ਖਿਲਾਫ਼ FIR ਦਰਜ ਕਰਾਉਣਾ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਦਿਨੇਸ਼ ਕੁਮਾਰ ਉੱਤੇ ਲੱਗੇ ਇਲਜ਼ਾਮਾਂ 'ਚ ਕਿੰਨੀ ਕੁ ਸੱਚਾਈ ਹੈ ਅਤੇ ਆਖਰ ਇਹਨਾਂ ਅਧਿਆਪਕਾਂ ਦੀ ਮੰਗ ਅਤੇ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਕਦੋਂ ਪੂਰਾ ਕੀਤਾ ਜਾਂਦਾ ਹੈ। ਨਵਾਂਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।